ਕੁਲਵਿੰਦਰ ਜੀ, ਅੱਜ ਤੁਸੀਂ ਡਿਪਾਰਟਮੈਂਟ ਦੇ ਬਾਹਰ ਬੈਠੇ ਹੋ ਤੇ ਲੇਟ ਨਾਈਟ ਵੀ ਹੋ ਗਿਆ, ਕਾਫੀ ਟਾਈਮ ਹੋ ਗਿਆ, ਕੀ ਕਾਰਨ ਹੈ? ਤੁਸੀਂ ਇਸ ਤਰ੍ਹਾਂ ਵਿਰੋਧ ਕਰ ਰਹੇ ਹੋ ਕਿ ਵੈਸੇ ਬੈਠੇ ਹੋ, ਕੀ ਗੱਲ ਹੈ? ਨਹੀਂ ਸਰ, ਮੇਰੀ ਨਾ ਪੀਐਚਡੀ ਲੱਗ ਰਹੀ ਹੈਗੀ 5 ਸਾਲ ਤੋਂ, ਔਰ ਮੇਰੇ 6 ਗਾਈਡ ਚੇਂਜ ਕਰਵਾ ਦਿੱਤੇ ਗਏ ਨੇ ਯੂਨੀਵਰਸਿਟੀ ਵੱਲੋਂ, ਔਰ ਮੈਨੂੰ ਹਲੇ ਵੀ ਉਮੀਦ ਨਹੀਂ ਹੈਗੀ ਕਿ ਪੀਐਚਡੀ ਕੰਪਲੀਟ ਹੋ ਪਾਊਗੀ ਮੇਰੀ, ਅਤੇ ਮੇਰੇ ਜੋ ਸੁਪਨੇ ਸੀ ਮੇਰੀ ਫੈਮਿਲੀ ਦੇ, ਉਹ ਸਾਰੇ ਹੀ ਇਹਨਾਂ ਨੇ ਰੋਲ ਦਿੱਤੇ ਗਏ ਨੇ ਯੂਨੀਵਰਸਿਟੀ ਵੱਲੋਂ, ਮੈਨੂੰ ਨਹੀਂ ਲੱਗਦਾ ਕਿ ਮੇਰੀ ਪੀਐਚਡੀ ਕੰਪਲੀਟ ਹੋਊਗੀ। ਜੀ, ਕਿਸ ਡਿਪਾਰਟਮੈਂਟ ਤੁਸੀਂ ਪੀਐਚਡੀ ਕਰ ਰਹੇ ਹੋ? ਮੈਂ ਫਿਜ਼ਿਕਸ ਡਿਪਾਰਟਮੈਂਟ ਦੇ ਵਿੱਚ ਹਾਂ, ਯੂਨੀਵਰਸਿਟੀ ਦੇ, ਪੰਜਾਬੀ ਯੂਨੀਵਰਸਿਟੀ ਦੇ ਫਿਜ਼ਿਕਸ ਡਿਪਾਰਟਮੈਂਟ। ਤੇ ਇੱਕ ਇਹ ਵੀ ਗੱਲ ਆਈ ਹੈ ਕਿ ਤੁਸੀਂ ਆਪਣੇ ਡਿਪਾਰਟਮੈਂਟ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੂੰ ਜਾਂ ਆਪਣੇ ਇਸ ਰੂਮ ਨੂੰ ਤੁਸੀਂ ਲੌਕ ਕੀਤਾ, ਇਹ ਤੁਸੀਂ ਲੌਕ ਕੀਤਾ ਜੀ? ਯੈਸ ਸਰ। ਇਹ ਵਾਲਾ ਲੌਕ ਤੁਸੀਂ ਕੀਤਾ? ਯੈਸ ਸਰ। ਕਿਸ ਨੂੰ ਅੰਦਰ ਬੰਦ ਕੀਤਾ ਕਿ ਚਲੇ ਗਏ ਜੋ ਅੰਦਰ ਸੀ? ਨਹੀਂ ਸਰ, ਉਹ ਚਲੇ ਗਏ ਸੀਗੇ। ਮੈਂ ਸਵੇਰ 12 ਵਜੇ ਆ ਕੇ ਪ੍ਰੋਟੈਸਟ ਸਟਾਰਟ ਕੀਤਾ ਸੀ ਉਰੇ, ਅਤੇ ਉਸ ਟਾਈਮ 'ਤੇ ਸਰ ਮੈਨੂੰ ਲੈਬ ਦੀ ਕੀ ਨਹੀਂ ਦੇ ਰਹੇ ਸੀ। ਲੈਬ ਦੇ ਲਈ ਵੀ ਮੈਂ ਉਰੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਵੀਸੀ ਆਫਿਸ ਦੇ ਅੱਗੇ, ਅਤੇ ਉਹਦੀ ਕੀ ਮੈਨੂੰ ਨਹੀਂ ਦਿੱਤੀ ਜਾ ਰਹੀ ਸੀਗੀ। ਮੈਂ ਲੈਬ ਦੇ ਵਿੱਚ ਨਹੀਂ ਆ ਰਹੀ ਸੀ, ਸਰ ਕਹਿੰਦੇ ਕਿ ਤੂੰ ਲੈਬ ਦੇ ਵਿੱਚ ਨਹੀਂ ਆਉਣਾ ਹੈਗਾ। ਬਾਕੀ ਸਾਰੇ ਬੱਚੇ ਯੂਨੀਵਰਸਿਟੀ ਦੇ ਵਿੱਚ ਆਉਂਦੇ ਸੀਗੇ, ਆਪਣਾ ਰਿਸਰਚ ਵਰਕ ਕਰਦੇ ਸੀ। ਆਈ ਥਿੰਕ ਸੋ, ਆਈ ਡੋਂਟ ਨੋ ਇਹਦੇ ਪਿੱਛੇ ਕੀ ਰੀਜ਼ਨ ਹੈ, ਔਰ ਮੈਨੂੰ ਲੱਗਦਾ ਕਿ ਇਹ ਜੋ ਪੁਰਾਣੇ ਗਾਈਡ ਨੇ, ਜੋ ਪਹਿਲੀ ਮੈਡਮ ਹੈ ਡਾਕਟਰ ਈਸ਼ਾ ਮੁਦਾਹਰ, ਉਹਦੇ ਕਹਿਣ 'ਤੇ ਹੀ ਜਾਂ ਕੋਈ ਹੋਰ ਸਰ ਦੇ ਕੁਛ ਪਰਸਨਲ ਰੀਜ਼ਨ ਹੋਣਗੇ ਕਿ ਇਹਨੂੰ, ਸਰ ਕਹਿੰਦੇ ਕਿ ਤੇਰੇ ਪਹਿਲਾਂ ਹੀ 4 ਗਾਈਡ ਚੇਂਜ ਹੋ ਗਏ ਨੇ, ਮੈਂ ਤੈਨੂੰ ਲੈ ਕੇ ਬਹੁਤ ਬੜੀ ਗਲਤੀ ਕੀਤੀ ਹੈ, ਔਰ ਜੇ ਤੇਰੀ ਮੈਂ ਪੀਐਚਡੀ ਕਰਵਾਊਂਗਾ ਤਾਂ ਮੈਨੂੰ ਡਿਪਾਰਟਮੈਂਟ ਦੇ ਪ੍ਰੋਫੈਸਰਾਂ ਵੱਲੋਂ ਖਤਰਾ ਹੈ। ਨਹੀਂ, ਕਿਸ ਤਰ੍ਹਾਂ ਐਸੀ ਕਿਹੜੀ ਤੁਸੀਂ ਪੀਐਚਡੀ ਕਰ ਰਹੇ ਹੋ ਜਿਹਦੇ ਲਈ ਤੁਸੀਂ ਐਲੀਜੀਬਲ ਨਹੀਂ ਹੋ ਜਾਂ ਤੁਹਾਡੇ ਪ੍ਰੋਫੈਸਰ ਸਾਹਿਬ ਨੂੰ ਖਤਰਾ ਮਹਿਸੂਸ ਹੋ ਰਿਹਾ? ਸਰ, ਮੈਂ ਨੈਨੋ ਟੈਕਨੋਲੋਜੀ ਦੇ ਵਿੱਚ ਪੀਐਚਡੀ ਕਰ ਰਹੀ ਹਾਂ, ਔਰ ਮੈਂ ਬਕਾਇਦਾ ਐਂਟਰੈਂਸ ਕਲੀਅਰ ਕੀਤਾ, ਜੇਆਰਐਫ ਦੀ ਕੋਚਿੰਗ ਲਿੱਤੀ ਸੀ, ਉਸ ਤੋਂ ਪਹਿਲਾਂ ਬੀਐਡ ਕੀਤੀ ਹੋਈ ਹੈ, ਠੀਕ ਹੈ, ਔਰ ਮੇਰੇ ਸ਼ੁਰੂ ਤੋਂ ਹੀ ਮੇਰੇ ਵਧੀਆ ਮਾਰਕਸ ਆਉਂਦੇ ਸੀ, ਐਮਐਸਸੀ 'ਚੋਂ ਵੀ 70% ਮਾਰਕਸ ਸੀ। ਅੱਛਾ, ਸਰ ਮੈਨੂੰ ਨਹੀਂ ਲੱਗਦਾ ਕਿ ਮੇਰੇ ਵੱਲੋਂ ਕੋਈ ਮਤਲਬ ਮੈਂ ਕੁਛ ਕੀਤਾ ਹੋਊਗਾ, ਔਰ ਜਦੋਂ ਵੀਸੀ ਸਰ ਨੇ ਇਹਨਾਂ ਨੂੰ ਮੈਡਮ ਨੂੰ ਪਹਿਲੇ ਡਾਕਟਰ ਈਸ਼ਾ ਨੂੰ ਬੁਲਾਇਆ ਸੀ ਉਹ ਵੀਸੀ ਆਫਿਸ 'ਚ, ਤਾਂ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ। ਇਹ ਕਹਿੰਦੇ ਮੇਰੇ ਕੋਲ ਕੋਈ ਰੀਜ਼ਨ ਨਹੀਂ ਹੈਗਾ ਇਸ ਬੱਚੇ ਨੂੰ ਪੀਐਚਡੀ। ਨੋਰਮਲੀ ਪੀਐਚਡੀ 3 ਸਾਲਾਂ 'ਚ ਹੋਈ ਹੈ, ਜੇ ਤੁਹਾਡੇ 5 ਸਾਲ ਹੋ ਗਏ, 4th ਸਾਲ 'ਚ ਵੀ ਤੁਸੀਂ ਇੰਨੇ ਸਾਲ ਜਿਤਾਇਆ ਸੀਗਾ। ਯੈਸ ਸਰ। ਉਦੋਂ ਕੀ ਕਹਿਣਾ ਚਾਹੁੰਦੇ ਸਰ? ਉਸ ਟਾਈਮ ਵੀ ਇਹਨਾਂ ਨੇ ਇਹੀ ਮਤਲਬ ਮੈਨੂੰ ਕਿਹਾ ਸੀ ਕਿ ਡਾਕਟਰ ਧੰਜੂ ਮੈਡਮ ਸੀਗੇ, ਡਾਕਟਰ ਜਸਪਾਲ ਕੌਰ ਧੰਜੂ, ਉਹਨਾਂ ਨੇ ਕਿਹਾ ਸੀ ਕਿ ਮੈਂ ਤੇਰੀ ਕੰਪਲੀਟ ਕਰਵਾਊਂਗੀ ਜੁਲਾਈ ਤੱਕ, ਪਰ ਸਰ ਨੇ, ਸਰ ਕਹਿੰਦੇ ਕਿ ਤੇਰੀ ਪੀਐਚਡੀ ਨੂੰ 2 ਸਾਲ ਹੋਰ ਲੱਗ ਸਕਦੇ ਨੇ, ਤੇਰੀ ਪੀਐਚਡੀ 7-8 ਸਾਲ ਦੇ ਵਿੱਚ ਹੋਊਗੀ, ਔਰ ਤੁਸੀਂ ਇੱਥੇ ਪੀਐਚਡੀ ਕਰਨ ਦੇ ਲਾਇਕ ਨਹੀਂ। ਕਿਹੜੇ ਸਰ ਦਾ ਕਹਿਣਾ ਸੀ, ਕੀ ਨਾਮ ਹੈ ਉਹਨਾਂ ਦਾ? ਇਹ ਜਿਹੜੇ ਹੈੱਡ ਸਰ ਨੇ ਉਰੇ ਦੇ, ਉਹ ਵੀ ਇਨਕਲੂਡਿੰਗ ਜੋ ਜਸਪਾਲ ਸਰ ਨੇ, ਉਹ ਕਹਿ ਰਹੇ ਨੇ ਕਿ ਤੁਹਾਡੀ ਪੀਐਚਡੀ ਨੂੰ 2 ਸਾਲ ਹੋਰ ਲੱਗਣਗੇ। ਮੈਂ ਕਿਹਾ ਸਰ ਵੀ ਮੈਂ ਜਲਦੀ ਕੰਪਲੀਟ ਕਰੂੰਗੀ, ਮੈਂ ਆਪਣੇ ਵੱਲੋਂ 24 ਘੰਟੇ ਵੀ ਕੰਮ ਕਰਨ ਨੂੰ ਤਿਆਰ ਹਾਂ, ਪਰ ਸਰ ਮੈਨੂੰ ਲੈਬ ਦੀ ਚਾਬੀ ਨਹੀਂ ਦੇ ਰਹੇ। ਤੁਸੀਂ ਇਸ ਬਾਬਤ ਆਪਣੇ ਵਾਈਸ ਚਾਂਸਲਰ ਨਾਲ ਗੱਲ ਕੀਤੀ? ਯੈਸ ਸਰ, ਮੈਂ ਵੀ ਮੌਜੂਦਾ ਨੇ। ਯੈਸ ਸਰ, ਮੈਂ ਵੀਸੀ ਸਰ ਨਾਲ ਕਾਫੀ ਮਤਲਬ ਟਾਈਮ ਗੱਲ ਕਰ ਚੁੱਕੀ ਹਾਂ, ਔਰ ਵੀਸੀ ਸਰ ਕਹਿੰਦੇ ਮੇਰੇ ਕੋਲ ਇਸ ਪ੍ਰੋਬਲਮ ਦਾ ਕੋਈ ਸੋਲੂਸ਼ਨ ਨਹੀਂ, ਮਤਲਬ ਤੇਰੇ ਗਾਈਡ ਨੇ, ਤੂੰ ਖੁਦ ਟੈਕਲ ਕਰ। ਅੱਜ ਫਿਰ ਜਿਸ ਤਰ੍ਹਾਂ ਕਿ ਤੁਸੀਂ ਇੱਕ ਗੇਟ ਨੂੰ ਲੌਕ ਕਰਕੇ ਇਹ ਪ੍ਰਦਰਸ਼ਨ ਕਰ ਰਹੇ ਹੋ, ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਇਨਸਾਫ ਮਿਲੂਗਾ? ਸਰ, ਇਨਸਾਫ ਐਕਚੁਅਲੀ ਮੈਨੂੰ ਇਹ ਲੱਗਦਾ ਕਿ ਇਹਨਾਂ ਨੇ ਕਾਨੂੰਨ ਦੀ ਅੱਖਾਂ ਦੇ ਵਿੱਚ ਧੂਲ ਝੋਂਕੀ ਹੈ। ਜਦੋਂ ਵੀ ਇਨਵੈਸਟੀਗੇਸ਼ਨ ਹੋਈ ਹੈ ਐਸਸੀ ਕਮਿਸ਼ਨ ਦੀ, ਜਦੋਂ ਮੈਂ ਲੈਬ ਦੇ ਲਈ ਧਰਨਾ ਲਗਾਇਆ ਸੀ, ਉਦੋਂ ਇਹਨਾਂ ਨੇ ਮੇਰੀ ਅੱਧੀ ਅਧੂਰੀ ਫਾਈਲ ਜਿਹਦੇ ਵਿੱਚ ਪੁਰਾਣੇ ਗਾਈਡਾਂ ਦਾ ਵੇਰਵਾ ਨਹੀਂ ਸੀ ਉਹ ਭੇਜੀ, ਅਤੇ ਉੱਥੇ ਉਹਨਾਂ ਦੇ ਖਿਲਾਫ਼, ਮੈਡਮ ਦੇ ਖਿਲਾਫ਼ ਕਾਰਵਾਈ ਰੁਕਵਾਤੀ। ਤਾਂ ਇਹ ਉਹ ਜਿਹੜੇ 5-6 ਗਾਈਡ ਨੇ ਇਹਨਾਂ ਨੂੰ ਬਚਾ ਰਹੀ ਹੈ ਯੂਨੀਵਰਸਿਟੀ। ਯੂਨੀਵਰਸਿਟੀ ਕਹਿੰਦੀ ਹੈ ਕਿ ਸਾਡੀ ਯੂਨੀਵਰਸਿਟੀ ਦੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ ਅਗਰ ਤੇਰੀ ਗੱਲ ਬਾਹਰ ਜਾਊਗੀ। ਤਾਂ ਇਹਨਾਂ ਨੂੰ ਇਹ ਪ੍ਰੋਫੈਸਰਾਂ ਦੀ ਇੱਜ਼ਤ ਜ਼ਿਆਦਾ ਪਿਆ ਰਹੀ ਹੈ, ਇੰਸਟੈਡ ਕਿ ਇਹ ਕਹਿੰਦੇ ਕਿ ਚਲੋ ਕੋਈ ਨਾ ਇੱਕ ਬੱਚਾ ਏ, ਜੇ ਨਹੀਂ ਪੀਐਚਡੀ ਹੋਈ ਫਿਰ ਕੀ ਹੁੰਦਾ, ਫਿਰ ਕਿਹੜਾ ਕੁਛ ਮਤਲਬ ਤੇਰਾ ਕੁਛ, ਤੂੰ ਕੁਛ ਹੋਰ ਕਰ ਲਾ।
ਜੇ ਨਹੀਂ ਹੋਈ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਰ ਮੇਰੀ ਇਹ ਮੰਗ ਆ ਕਿ ਜਿਹੜੇ ਬੱਚੇ ਐਲੀਜੀਬਲ ਨੇ ਉਰੇ ਪ੍ਰੋਫੈਸਰ ਬਣਨ ਦੇ, ਜਿਵੇਂ ਕਿ ਮੈਂ ਜਦੋਂ ਆਈ ਸੀ ਯੂਨੀਵਰਸਿਟੀ 'ਚ ਮੇਰਾ ਵੀ ਸੁਪਨਾ ਸੀ ਕਿ ਮੈਂ ਇੱਥੇ ਪ੍ਰੋਫੈਸਰ ਲੱਗਾ, ਪਰ ਇਹਨਾਂ ਨੇ ਮੇਰੇ ਸਾਰੇ ਸੁਪਨੇ ਰੋਲ 'ਤੇ। ਹਲੇ ਵੀ ਮੈਨੂੰ ਹੋਪ ਹੈ ਮੀਡੀਆ ਤੋਂ, ਮੈਨੂੰ ਲੱਗਦਾ ਕਿ ਦੁਨੀਆ 'ਤੇ ਹਲੇ ਵੀ ਕੁਛ ਚੰਗੇ ਲੋਕ ਨੇ ਜਿਹੜੇ ਕਿ ਮੇਰਾ ਸਾਥ ਦੇਣਗੇ, ਔਰ ਮੈਨੂੰ ਆਸ ਹੈ ਕਿ ਸ਼ਾਇਦ ਲੋਕ ਮੇਰੀ ਗੱਲ ਸੁਣਨ ਅਤੇ ਮਤਲਬ ਮੈਨੂੰ ਕੋਈ ਕੋਈ ਇਨਸਾਫ ਮਿਲੇ। ਨਹੀਂ ਸਰ, ਉਹ ਆਪਣੀ 9 ਤੋਂ 5 ਲੈਬ ਦੇ ਵਿੱਚ ਬੈਠਦੇ ਨੇ, ਔਰ ਉਹਨਾਂ ਦੀ ਬਕਾਇਦਾ ਸਾਰੀ ਸਕੋਲਰਸ਼ਿਪ ਵੀ ਨੇ ਉਹਨਾਂ ਕੋਲ। ਮੇਰੀ ਜਦੋਂ ਰਾਜੀਵ ਗਾਂਧੀ ਸਕੋਲਰਸ਼ਿਪ ਲੱਗਣੀ ਸੀ ਉਦੋਂ ਮੈਡਮ ਨੇ ਮੇਰਾ ਜਿਹੜਾ ਸੈਕਿੰਡ ਗਾਈਡ ਸੀ ਇੱਕ ਦਿਨ ਬਣਿਆ, ਅਗਲੇ ਦਿਨ ਮੁਕਰਾਤਾ। ਅੱਛਾ, ਤੁਸੀਂ ਗੱਲ ਕੀਤੀ ਐਸਸੀ ਕਮਿਸ਼ਨ ਦੀ, ਤੁਸੀਂ ਗੱਲ ਕੀਤੀ ਕੀ ਤੁਸੀਂ ਐਸਸੀ ਸਮੁਦਾਇ ਨਾਲ ਸੰਪਰਕ ਰੱਖਦੇ ਹੋ ਜਾਂ ਕੀ ਹੈ ਤੁਹਾਡਾ ਇਸ? ਮੇਰੇ ਜੋ ਡਾਕਟਰ ਜਤਿੰਦਰ ਸਿੰਘ ਮੱਟੂ ਆ ਉਹਨਾਂ ਦੀ SCBC ਔਰਗਨਾਈਜੇਸ਼ਨ ਆ ਉਰੇ, ਅਤੇ ਉਹਨਾਂ ਦੇ ਨਾਲ ਵੀ ਸੰਪਰਕ 'ਚ ਦੀ। ਉਹ ਪਹਿਲਾਂ ਵੀ ਉਰੇ ਧਰਨਾ ਪ੍ਰਦਰਸ਼ਨ ਕਰ ਚੁੱਕੇ ਨੇ, ਪਰ ਉਦੋਂ ਇਹ ਮਾਫ਼ੀ ਮੰਗ ਕੇ ਸਾਰੇ ਛੁੱਟ ਜਾਂਦੇ ਸੀ। ਮੇਰਾ ਗਾਈਡ ਵੀ ਛੁੱਟ ਗਿਆ, ਔਰ ਇਹਨਾਂ ਨੇ ਲਿਖਤੀ ਤੌਰ 'ਤੇ ਕਦੇ ਵੀ ਮਾਫ਼ੀਨਾਮਾ ਨਹੀਂ ਦਿੱਤਾ। ਤੁਸੀਂ ਹੁਣ ਐਸਸੀ ਕਮਿਸ਼ਨ ਕੋਲ ਇਸ ਗੱਲ ਨੂੰ ਲੈ ਕੇ ਜਾਣਾ ਚਾਹੁੰਦੇ ਹੋ? ਯੈਸ ਸਰ, ਮੈਨੂੰ ਲੱਗਦਾ ਕਿ ਐਸਸੀ ਕਮਿਸ਼ਨ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਬੱਚਿਆਂ ਦੇ ਨਾਲ ਕਿਵੇਂ ਦਾ ਵਿਵਹਾਰ ਕੀਤਾ ਜਾਂਦਾ ਹੈ ਯੂਨੀਵਰਸਿਟੀ ਐਸਸੀ ਬੱਚਿਆਂ ਦੇ ਲਈ। ਅਗਰ ਇਹਨਾਂ ਨੂੰ ਹੁੰਦਾ ਜਿਵੇਂ ਇਹ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਵਾਲੇ ਦਿਨ ਬੜੀ ਬੜੀ ਸਪੀਚਿਸ ਦਿੰਦੇ ਨੇ ਕਿ ਅਸੀਂ ਐਸਸੀ ਔਰਤਾਂ ਲਈ ਕੁਛ ਕਰਾਂਗੇ, ਪਰ ਇੱਥੇ ਕੁਛ ਨਹੀਂ ਨਜ਼ਰ ਆ ਰਿਹਾ। ਇੱਥੇ ਇੱਕ ਬੱਚੇ ਦੀ PhD ਤੱਕ ਇਹ ਕੰਪਲੀਟ ਨਹੀਂ ਕਰਵਾ ਸਕੇ, ਤਾਂ ਇਹ ਕਿਹੜੀਆਂ ਕੁੜੀਆਂ ਦੀ ਗੱਲ ਕਰਦੇ ਨੇ ਕਿ ਇਹ ਮਤਲਬ ਬੇਟੀ ਪੜਾਓ ਅੰਦੋਲਨ ਇਹਨਾਂ ਨੇ ਸਟਾਰਟ ਕੀਤਾ ਹੋਇਆ। ਐਸਸੀ ਕੋਟੇ ਦੇ ਵਿੱਚ ਤੁਸੀਂ ਵੀ ਪੜ੍ਹ ਰਹੇ ਹੋ ਅਤੇ ਤੁਹਾਡੀ ਸਾਰੀ ਜਿਹੜੀ ਹੈਗੀ ਉਹ ਫ੍ਰੀ ਹੈ PhD? ਨਹੀਂ ਸਰ, ਮੇਰੀ ਫ੍ਰੀ ਨਹੀਂ, ਮੈਂ ਫੀਸ ਤੀਸਰੀ ਵਾਰ ਫੀਸ ਭਰੀ ਆ। ਪਹਿਲਾਂ ਮੇਰੀ ਮੈਡਮ ਦੇ ਅਕੋਰਡਿੰਗ ਮੈਡਮ ਦੇ ਟਾਈਮ ਭਰੀ ਸੀ ਫੀਸ, ਫਿਰ ਸੈਕਿੰਡ ਗਾਈਡ ਬਣਿਆ ਉਸ ਦਿਨ ਮੈਂ 3000 ਰੁਪਈਆ ਫੀਸ ਭਰੀ, ਹੁਣ ਮੈਂ ਥਰਡ ਟਾਈਮ ਫਿਰ ਫੀਸ ਭਰੀ ਹੈ ਸਰ ਦੇ। ਤਾਂ ਤਿੱਗਣੀਆਂ ਫੀਸਾਂ ਭਰਨ ਦੇ ਬਾਵਜੂਦ ਵੀ ਮੈਨੂੰ ਮੇਰੀ PhD ਨਹੀਂ ਕੰਪਲੀਟ ਹੋ ਰਹੀ। ਅੱਜ ਤੁਸੀਂ ਆਏ ਹੋ ਜੀ ਇੱਥੇ ਜਿਹੜੇ ਬੈਠੇ ਕੁਲਵਿੰਦਰ ਕੌਰ ਜੀ ਧਰਨਾ ਦੇ ਕੇ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਅਸੀਂ ਤਾਂ ਜੀ ਇਹੀ ਕਹਿਣਾ ਚਾਹਾਂਗੇ ਵੀ ਜੋ ਕੁਲਵਿੰਦਰ ਦੇ ਹੱਕ ਨੇ ਇਹਨੂੰ ਮਿਲਣੇ ਚਾਹੀਦੇ ਨੇ। ਸਵੇਰੇ ਅਸੀਂ ਵਾਈਸ ਚਾਂਸਲਰ ਸਾਹਿਬ ਨਾਲ, ਡਾਕਟਰ ਜਤਿੰਦਰ ਸਿੰਘ ਮੱਟੂ ਸਾਡੇ ਪ੍ਰਧਾਨ ਨੇ ਜੀ, ਉਹਨਾਂ ਨੂੰ ਲੈ ਕੇ ਨਾਲ VC ਸਾਹਿਬ ਨਾਲ ਅਥਾਰਟੀ ਨਾਲ ਗੱਲ ਕਰਾਂਗੇ, ਅਤੇ ਜਿਹੜਾ ਇਹਨਾਂ ਦਾ ਮਸਲਾ ਆ ਜੀ ਉਹ ਅਸੀਂ ਇਹਨਾਂ ਦੇ ਹੱਕ ਜਿਹੜੇ ਇਹਨਾਂ ਨੂੰ ਦਿਵਾਉਣ ਦੀ। ਤੁਸੀਂ, ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਸ ਡੈਜ਼ੀਗਨੇਸ਼ਨ ਤੇ ਅੱਜ ਇੱਥੇ ਆਏ ਹੋ? ਮੇਰਾ ਨਾਮ ਦੇਵਕੀ ਦੇਵੀ ਹੈ ਜੀ, ਮੈਂ ਸੁਪਰਡੈਂਟ ਹਾਂ ਜੀ ਡਾਇਰੈਕਟਰ ਸਪੋਰਟਸ ਡਿਪਾਰਟਮੈਂਟ 'ਚ। ਤੁਸੀਂ ਨਾਲ ਐਸਸੀ ਕਮਿਸ਼ਨ ਨਾਲ ਵੀ ਸੰਬੰਧ ਰੱਖਦੇ ਹੋ? ਮੈਂ, ਹਾਂਜੀ ਮੈਂ ਐਸਸੀ ਕਮਿਸ਼ਨ ਨਾਲ।